हेलो एवरीवन लेट्स डिस्कस द रिवीजन मटेरियल फॉर टर्म 1 क्लास प्लस 1 लेसन इज अ प्रेसिडेंट स्पीक्स क्वेश्चन नंबर 1 हाउ मेनी विजंस डिड प्रेसिडेंट कलाम हैव फॉर इंडिया प्रेसिडेंट कलाम साहब जी दे इंडिया दे लिए कितने सपने सान ता आंसर है 3 नेक्स्ट इज व्हाट वाज ए पी जे अब्दुल कलामस फर्स्ट विजन फॉर इंडिया एपीजे अब्दुल कलाम जी दा इंडिया ਦੇ ਲਈ ਪਹਿਲਾ ਸੁਪਨਾ ਕੀ ਸੀ ਪਹਿਲਾ ਸੀਗਾ ਫਰੀडम ਵਟ ਵਾਸ ਏਪੀਜੀ ਅਬਦੁਲ ਕਲਾਮਸ ਸੈਕੰਡ ਵਿਜ਼ਨ ਫਾਰ ਇੰਡੀਆ ਕਲਾਮ ਜੀ ਦਾ ਇੰਡੀਆ ਦੇ ਲਈ ਸੈਕੰਡ ਸੁਪਨਾ ਕੀ ਸੀ ਡਿਵੈਲਪਮੈਂਟ ਵਿਕਾਸ ਨੈਕਸਟ ਇਜ਼ ਵਟ ਵਾਸ ਏਪੀਜੀ ਅਬਦੁਲ ਕਲਾਮਸ ਥਰਡ ਵਿਜ਼ਨ ਫਾਰ ਇੰਡੀਆ ਉਹਨਾਂ ਦਾ ਭਾਰਤ ਦੇ ਲਈ ਤੀਸਰਾ ਸੁਪਨਾ ਕੀ ਸੀਗਾ stand up to the world ਦੁਨੀਆ ਦੇ ਸਾਹਮਣੇ ਖੜਾ ਹੋਣਾ ਸੋ ਉਹਨਾਂ ਦੇ ਤਿੰਨ ਸੁਪਨੇ ਸੀ ਪਹਿਲਾ ਸੀ ਫਰੀडम ਦੂਸਰਾ ਸੀ ਡਿਵੈਲਪਮੈਂਟ ਤੀਸਰਾ ਸੀ ਕਿ ਦੁਨੀਆ ਦੇ ਸਾਹਮਣੇ ਖੜੇ ਹੋਣਾ ਇੰਡੀਆ ਇੱਕ ਸ਼ਕਤੀਸ਼ਾਲੀ ਦੇਸ਼ ਬਣੇ ਸੋ ਤੀਸਰਾ ਸੀਗਾ ਉਹਨਾਂ ਦਾ stand up to the world ਨੈਕਸਟ ਕੁਐਸਚਨ ਇਜ਼ ਵਟ ਅਕੋਰਡਿੰਗ ਟੂ ਪ੍ਰੈਜ਼ੈਂਟ ਕਲਾਮ ਡਿਡ ਦਾ ਇਨਵੇਡਰਸ ਕੈਪਚਰ ਬਿਸਾਈਡਸ ਔਰ ਲੈਂਡ ਕਲਮ ਜੀ ਦੇ ਅਨਸਾਰ ਇਨਵੇਡਰਸ ਹੁੰਦੇ ਆ ਹਮਲਾਵਾਰ ਹਮਲਾਵਾਰਾਂ ਨੇ ਸਾਡੀ ਜ਼ਮੀਨ ਦੇ ਨਾਲ ਨਾਲ ਹੋਰ ਸਾਡਾ ਕੀ ਖੋਹ ਲਿਆ ਹਥਿਆ ਲਿਆ ਕੈਪਚਰ ਕਰ ਲੈਣਾ ਹਥਿਆ ਲ ਲੈਣਾ ਤਾਂ ਸਾਨੂੰ ਆਪਸ਼ਨਸ ਦਿੱਤੀਆਂ ਦੇ ਕੈਪਚਰਡ आवर ਇਮੇਜਿਨੇਸ਼ਨ ਉਹਨਾਂ ਨੇ ਸਾਡੀ ਇਮੇਜਿਨੇਸ਼ਨ ਨੂੰ ਹਥਿਆ ਲਿਆ ਦੇ ਕੈਪਚਰਡ आवर ਡ੍ਰੀम्स ਉਹਨਾਂ ਨੇ ਸਾਡੇ ਸੁਪਨਿਆਂ ਨੂੰ ਖੋਹ ਲਿਆ ਜਾਂ the invaders not only captured our land but our minds also ਹਮਲਾਵਾਰਾਂ ਨੇ ਸਿਰਫ ਸਾਡੀ ਜ਼ਮੀਨ ਹੀ ਨਹੀਂ ਖੋਹੀ ਉਹਨਾਂ ਨੇ ਸਾਡੇ ਮਨਾਂ ਦੇ ਉੱਤੇ ਵੀ ਕਾਬੂ ਪਾ ਲਿਆ ਨੈਕਸਟ ਇਸ ਦਾ ਇਨਵੇਡਰਸ ਕੈਪਚਰਡ आवर ਫਿਊਚਰ ਹਮਲਾਵਾਰਾਂ ਨੇ ਸਾਡਾ ਫਿਊਚਰ ਹਥਿਆ ਲਿਆ ਤਾਂ ਸਾਡੀ ਰਾਈਟ অপਸ਼ਨ ਹੈ ਦਾ ਇਨਵੇਡਰਸ ਨਾਟ ਓਨਲੀ ਕੈਪਚਰਡ आवर ਲੈਂਡ ਬਟ आवर ਮਾਈਂਡਸ ਆਲਸੋ ਉਹਨਾਂ ਨੇ ਸਿਰਫ ਸਾਡੀ ਲੈਂਡ ਨਹੀਂ ਖੋਹੀ ਬਲਕਿ ਸਾਡੇ ਮਨਾਂ ਦੇ ਉੱਤੇ ਵੀ ਕਾਬੂ ਪਾ ਲਿਆ ਕੁਐਸਚਨ ਨੰਬਰ 6 ਵਟ ਸ਼ੋਜ਼ ਥੈਟ ਇੰਡੀਆ ਹੈਜ਼ ਆਲਵੇਜ਼ ਬੀਨ ਅ ਪੀਸ ਲਵਿੰਗ ਕੰਟਰੀ ਕਿਹੜੀ ਚੀਜ਼ ਸ਼ੋ ਕਰਦੀ ਹੈ ਕਿ ਭਾਰਤ ਇੱਕ ਸ਼ਾਂਤੀਪ੍ਰੀਆ ਦੇਸ਼ ਹੈ ਤਾਂ ਆਪਸ਼ਨਸ ਦੇਖਦੇ ਹਾਂ ਫਸਟ ਇਜ਼ ਵੀ ਹੈਵ ਕੋਰਡੀਅਲ ਰਿਲੇਸ਼ਨਸ ਵਿਦ ਆਲ आवर ਨੇਬਰਿੰਗ ਕੰਟਰੀਜ਼ ਜਿੰਨੇ ਵੀ ਸਾਡੇ ਪड़ोसी ਦੇਸ਼ ਹੈ ਸਾਡੇ ਉਹਨਾਂ ਦੇ ਨਾਲ ਸਬੰਧ ਮਿੱਤਰਤਾਪੂਰਨ ਹੈ ਬੀ ਹੈ ਇੰਡੀਆ ਹੈਜ਼ ਨਾਟ ਪਾਰਟਿਸਪੇਟਿਡ ਇਨ ਐਨੀ ਵਾਰ ਵਾਰ ਤਨੇ ਕਦੇ ਕਿਸੇ ਵਾਰ ਦੇ ਵਿੱਚ ਹਿੱਸਾ ਨਹੀਂ ਲਿਆ ਸੀ ਹੈਵ ਵੀ ਨੈਵਰ ਕੰਕਰਡ অর ਇਨਵੇਡਡ ਐਨੀ ਵਨ ਅਸੀਂ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ ਤੇ ਉਸ ਨੂੰ ਜਿੱਤਿਆ ਨਹੀਂ ਡੀ ਹੈ ਵੀ ਫਾਲੋ ਗਾਂਧੀ ਜੀਜ਼ ਫਿਲਾਸਫੀ ਆਫ ਨਾਨ ਵਾਇਲੈਂਸ ਅਸੀਂ ਗਾਂਧੀ ਜੀ ਦੀ ਅਹਿੰਸਾ ਦੀ ਫਿਲਾਸਫੀ ਨੂੰ ਫਾਲੋ ਕਰਦੇ ਹਾਂ ਪਰ ਸਾਡੀ ਰਾਈਟ ਆਪਸ਼ਨ ਹੈ ਸੀ ਵੀ ਹੈਵ ਨੈਵਰ ਕੰਕਰਡ অর ਇਨਵੇਡਡ ਐਨੀ ਵਨ ਅਸੀਂ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ ਨੈਕਸਟ ਕੁਐਸਚਨ ਨੰਬਰ 7 ਅਕੋਰਡਿੰਗ ਟੂ ਪ੍ਰੈਜ਼ੀਡੈਂਟ ਕਲਾਮ ਵੈਨ ਡਿਡ ਇੰਡੀਆ ਗੈਟ ਇਟਸ ਫਰਸਟ ਵਿਜ਼ਨ ਆਫ ਫਰੀडम ਕਲਾਮ ਜੀ ਦੇ ਅਨਸਾਰ ਭਾਰਤ ਨੇ ਆਪਣਾ ਆਜ਼ਾਦੀ ਦਾ ਪਹਿਲਾ ਸੁਪਨਾ ਕਦੋਂ ਦੇਖਿਆ ਇਨ 1857 ਨੈਕਸਟ ਹੈ ਵਾਟ ਇਜ਼ ਇੰਡੀਆਜ਼ ਰੈਂਕਿੰਗ ਇਨ ਦ ਵਰਲਡ ਆ ਇਨ ਦ ਵਰਲਡ ਇਨ ਟਰਮਜ਼ ਆਫ ਜੀਡੀਪੀ ਜੀਡੀਪੀ ਦੀਆਂ ਟਰਮਜ਼ ਦੇ ਵਿੱਚ ਸੰਸਾਰ ਦੇ ਵਿੱਚ ਭਾਰਤ ਦੀ ਰੈਂਕਿੰਗ ਕੀ ਹੈ ਆ ਆਪਣਾ ਆਨਸਰ ਹੈ ਕਿ ਭਾਰਤ ਦੀ ਪੋਜੀਸ਼ਨ ਜਿਹੜੀ ਹੈਗੀ ਹੈ ਪੂਰੇ ਵਰਲਡ ਦੇ ਵਿੱਚ ਪਹਿਲੀਆਂ 5 ਨੇਸ਼ਨਸ ਦੇ ਵਿੱਚ ਹੈ ਤਾਂ ਆਪਾਂ ਕਵਾਂਗੇ ਵੀ ਆਰ ਅਮੰਗ ਟਾਪ 5 ਨੇਸ਼ਨਸ ਆਫ ਦਾ ਵਰਲਡ ਕੁਐਸਚਨ ਨੰਬਰ 9 ਅਕੋਰਡਿੰਗ ਟੂ ਪ੍ਰੈਜ਼ੀਡੈਂਟ ਕਲਾਮ ਵਟ ਡੂ ਵੀ ਲੈਕ ਇਨ ਸਪਾਈਟ ਆਫ 올 ਅਚੀਵਮੈਂਟਸ ਲੈਕ ਹੁੰਦਾ ਕਮੀ ਇਨ ਸਪਾਈਟ ਆਫ ਬਾਵਜੂਦ ਕਲਾਮ ਜੀ ਦੇ ਅਨਸਾਰ ਸਾਰੀਆਂ ਅਚੀਵਮੈਂਟਸ ਦੇ ਬਾਵਜੂਦ ਸਾਡੇ ਵਿੱਚ ਕੀ ਕਮੀ ਹੈ ਤਾਂ ਆਪਸ਼ਨਸ ਦੇਖਦੇ ਹਾਂ ਵੀ ਲੈਕ ਇਨ ਟੈਕਨੋਲੋਜੀ ਸਾਡੇ ਵਿੱਚ ਟੈਕਨੋਲੋਜੀ ਦੀ ਕਮੀ ਹੈ ਜਾਂ ਵੀ ਡੋਂਟ ਹੈਵ ਇਨਫ ਨੈਚੁਰਲ ਰਿਸੋਰਸਸ ਸਾਡੇ ਕੋਲੇ ਨੈਚੁਰਲ ਰਿਸੋਰਸਸ ਜਿਹੜੇ ਉਹ ਕਾਫੀ ਨਹੀਂ ਹੈਗੇ ਜਾਂ ਵੀ ਲੈਕ ਸੈਲਫ ਕੌਨਫੀਡੈਂਸ ਟੂ ਸੀ आवर 셀ਵਜ਼ ਐਜ਼ ਅ ਡਿਵੈਲਪਡ ਨੇਸ਼ਨ ਸਾਡੇ ਵਿੱਚ ਸੈਲਫ ਕੌਨਫੀਡੈਂਸ ਦੀ ਕਮੀ ਹੈ ਕਿ ਅਸੀਂ ਆਪਣੇ ਆਪ ਨੂੰ ਇੱਕ ਵਿਕਸਿਤ ਭਾਰਤ ਦੇ ਤੌਰ ਤੇ ਦੇਖੀਏ ਜਾਂ ਵੀ ਲੈਕ ਇਨ ਇਨਫਰਾਸਟ੍ਰਕਚਰ ਸਾਡੇ ਕੋਲ ਇਨਫਰਾਸਟ੍ਰਕਚਰ ਦੀ ਕਮੀ ਹੈ ਪਰ ਸਾਡੀ ਜੋ ਰਾਈਟ অপਸ਼ਨ ਹੈ ਉਹ ਹੈ ਨੰਬਰ ਸੀ ਕਿ ਸਾਡੇ ਵਿੱਚ ਸੈਲਫ ਕੌਨਫੀਡੈਂਸੀ ਕਮੀ ਹੈ ਕਿ ਅਸੀਂ ਆਪਣੇ ਆਪ ਨੂੰ ਇੱਕ ਵਿਕਸਿਤ ਦੇਸ਼ ਦੇ ਤੌਰ ਤੇ ਦੇਖੀਏ ਕੁਐਸਚਨ ਨੰਬਰ 10 ਵਟ ਅਕੋਰਡਿੰਗ ਟੂ ਪ੍ਰੈਜ਼ੀਡੈਂਟ ਕਲਾਮ ਵਾਸ ਅ ਗ੍ਰੇਟ ਅਪਰਚੂਨਿਟੀ ਆਫ ਹਿਸ ਲਾਈਫ ਕਲਾਮ ਜੀ ਦੇ ਅਨਸਾਰ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਗ੍ਰੇਟ ਅਪਰਚੂਨਿਟੀ ਕਿਹੜੀ ਸੀ ਤਫਰ অপਸ਼ਨਸ ਦੇਖਦੇ ਆ ਪਹਿਲੀ ਹੈ ਵਰਕਿੰਗ ਵਿਦ ਡਾਕਟਰ ਵਿਕਰਮ ਸਾਰਾਭਾਈ ਪ੍ਰੋਫੈਸਰ ਸਤੀਸ਼ धवन ਐਂਡ ਡਾਕਟਰ ਬ੍ਰह्मਪrakash ਤਾਂ ਡਾਕਟਰ ਵਿਕਰਮ ਸਾਰਾਭਾਈ ਪ੍ਰੋਫੈਸਰ ਸਤੀਸ਼ धवन ਤੇ ਡਾਕਟਰ ਬ੍ਰह्मਪrakash ਜੀ ਨਾਲ ਕੰਮ ਕਰਨਾ ਸੈਕਿੰਡ ਹੈ ਮੀਟਿੰਗ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਮੀਟਿੰਗ ਦਾ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ ਯੂਨਾਈਟਿਡ ਸਟੇਟਸ ਦੇ ਪ੍ਰੈਜ਼ੀਡੈਂਟ ਨੂੰ ਮਿਲਣਾ ਜਾਂ ਬਿਕਮਿੰਗ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਇੰਡੀਆ ਦਾ ਪ੍ਰੈਜ਼ੀਡੈਂਟ ਬੰਨਾ ਤਾਂ ਉਹਨਾਂ ਦੇ ਅਨਸਾਰ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਗ੍ਰੇਟ ਅਪਰਚੁਨਿਟੀ ਸੀ दैट इज ਆਪਸ਼ਨ ਏ ਵਿਕਰਮ ਸਾਰਾ ਭਾਈ ਪ੍ਰੋਫੈਸਰ ਸਤੀਸ਼ धवन ਤੇ ਡਾਕਟਰ ਬ੍ਰह्म ਪ੍ਰਕਾਸ਼ ਜੀ ਨਾਲ ਕੰਮ ਕਰਨਾ ਨੈਕਸਟ ਹੈ ਅਕੋਰਡਿੰਗ ਟੂ ਪ੍ਰੈਜ਼ੀਡੈਂਟ ਕਲਾਮ ਹਾਊ ਡੂ ਵੀ ਬਿਹੇਵ ਵੈਨ ਵੀ ਗੋ ਟੂ ਸਮ ਫੋਰਨ ਲੈਂਡ ਕਲਾਮ ਜੀ ਦੇ ਅਨਸਾਰ ਜਦੋਂ ਅਸੀਂ ਵਿਦੇਸ਼ ਦੇ ਵਿੱਚ ਜਾਂਦੇ ਆ ਤਾਂ ਅਸੀਂ ਕਿਸ ਤਰ੍ਹਾਂ ਬਿਹੇਵ ਕਰਦੇ ਆ ਅਸੀਂ ਚਾਰ ਆਪਸ਼ਨਸ ਦੇਖਦੇ ਆਂ ਵੀ ਵੇ ਸੇਵਡ आवर ਬੈਸਟ ਮੈਨਰਸ ਵੈਨ ਵੀ ਗੋ ਟੂ ਸਮ ਫੋਰਨ ਲੈਂਡ ਜਦੋਂ ਅਸੀਂ ਵਿਦੇਸ਼ ਦੇ ਵਿੱਚ ਜਾਂਦੇ ਆਂ ਤਾਂ ਅਸੀਂ ਆਪਣੇ ਵਧੀਆ ਤੋਂ ਵਧੀਆ ਮੈਨਰਸ ਸ਼ੋ ਕਰਦੇ ਆਂ ਬੀ ਹੈ ਵੀ ਆਰ ਆਲਵੇਸ ਪੰਕਚੁਅਲ ਅਸੀਂ ਹਮੇਸ਼ਾ ਪੰਕਚੁਅਲ ਰਹਿਣੇ ਆਂ ਸਮੇਂ ਦੇ ਪਾਬੰਦ ਰਹਿਣੇ ਆਂ ਤੀਸਰਾ ਹੈ ਵੀ ਡੂ ਨਟ ਓਬੇ ਦ ਰੂਲਸ ਆਫ ਦੈਟ ਕੰਟਰੀ ਅਸੀਂ ਉਸ ਕੰਟਰੀ ਦੇ ਰੂਲਸ ਨਹੀਂ ਮੰਨਦੇ ਨੈਕਸਟ ਹੈ ਵੀ ਬਿਹੇਵ ਇਨ ਐਨ ਇਰਿਸਪੌਂਸਿਬਲ ਮੈਨਰ ਅਸੀਂ ਇਰਿਸਪੌਂਸਿਬਲ ਮੈਨਰ ਦੇ ਵਿੱਚ ਬਿਹੇਵ ਕਰਦੇ ਹਾਂ ਮਤਲਬ ਅਸੀਂ ਰਿਸਪੌਂਸਿਬਲ ਨਹੀਂ ਹੁੰਦੇ ਪਰ ਸਾਡੀ ਆਪਸ਼ਨ ਹੈ ਏ ਜਦੋਂ ਅਸੀਂ ਬਾਹਰ ਜਾਂਦੇ ਆ ਬਾਹਰਲੇ ਮੁਲਕਾਂ ਦੇ ਵਿੱਚ ਉੱਥੇ ਅਸੀਂ ਆਪਣੇ ਵਧੀਆਤ ਵਧੀਆ ਮੈਨਰਸ ਸ਼ੋ ਕਰਦੇ ਆ ਕੁਐਸਚਨ ਨੰਬਰ 12 ਵਾਟ ਡਿਡ ਦਾ ਫੇਮਸ ਐਕਸ ਮਿਊਨਿਸਪਲ ਕਮਿਸ਼ਨਰ ਆਫ ਬੰਬੇ ਪੁਆਇੰਟ ਆਊਟ ਇਨ ਐਨ ਇੰਟਰਵਿਊ ਇੱਕ ਇੰਟਰਵਿਊ ਦੇ ਵਿੱਚ ਬੰਬੇ ਦੇ ਮਸ਼ਹੂਰ ਐਕਸ ਮਿਊਨਿਸਪਲ ਕਮਿਸ਼ਨਰ ਨੇ ਕੀ ਗੱਲ ਪੁਆਇੰਟ ਆਊਟ ਕੀਤੀ ਸੀ ਕੀ ਗੱਲ ਉਠਾਈ ਸੀ ਤਾਂ ਆਪਸ਼ਨਸ ਦੇਖਦੇ ਆ ਦਾ ਡੌਗਸ ਆਫ ਐਫਲੂਐਂਟ ਪੀਪਲ ਪੂ ਐਨੀਵਰ ਐਫਲੂਐਂਟ ਉਹਨਾਂ ਅਮੀਰ ਅਮੀਰ ਲੋਕਾਂ ਦੇ ਕੁੱਤੇ ਕਿਤੇ ਵੀ ਲੈਟਰਨ ਕਰ ਦਿੰਦੇ ਆ ਐਂਡ ਲੇਟਰ ਔਨ ਦ ਸੇਮ ਪੀਪਲ ਕੰਪਲੇਨ ਅਬਾਊਟ ਦਾ ਡਰਟੀ ਸਟ੍ਰੀਟਸ ਐਂਡ ਪੇਮੈਂਟਸ ਤੇ ਫਿਰ ਬਾਅਦ ਵਿੱਚ ਉਹੀ ਲੋਕ ਗੰਦੀਆਂ ਗਲੀਆਂ ਤੇ ਰਸਤਿਆਂ ਦੀ ਕੰਪਲੇਂਟ ਕਰਦੇ ਆ ਜਾਂ ਹੈ ਰਿਚ ਪੀਪਲ ਆਲਵੇਜ਼ ਫਾਲੋ ਰੂਲਸ ਅਮੀਰ ਲੋਕ ਹਮੇਸ਼ਾ ਰੂਲਸ ਨੂੰ ਫਾਲੋ ਕਰਦੇ ਆ ਜਾਂ ਵੀ ਆਲਵੇਜ਼ ਫਾਲੋ ਰੂਲਸ ਵੈਨ ਵੀ ਆਰ ਇਨ ਅ ਫੋਰਨ ਲੈਂਡ ਜਾਂ ਜਦੋਂ ਅਸੀਂ ਬਾਹਰ ਵਿਦੇਸ਼ ਵਿੱਚ ਜਾਂਦੇ ਆ ਤਾਂ ਉੱਥੇ ਹਮੇਸ਼ਾ ਹੀ ਰੂਲਸ ਨੂੰ ਫਾਲੋ ਕਰਦੇ ਆ ਜਾਂ ਟ੍ਰੈਫਿਕ ਰੂਲਸ ਸ਼ੁੱਡ ਬੀ ਓਬੇਡ ਬਾਈ ਸਟੂਡੈਂਟਸ ਵੀ ਸਟੂਡੈਂਟਸ ਦੁਆਰਾ ਟ੍ਰੈਫਿਕ ਰੂਲਸ ਜਿਹੜੇ ਆ ਉਹ ਮੰਨੇ ਜਾਣੇ ਚਾਹੀਦੇ ਆ ਤਾਂ ਸਾਡੀ ਆਪਸ਼ਨ ਹੈ ਏ ਉਹਨਾਂ ਨੇ ਇਹ ਸੀਗੇ ਮਿਸਟਰ ਤਨਾਈਕਰ ਸੀਗੇ ਜੋ ਐਕਸ ਮਿਊਸਪਲ ਕਮਿਸ਼ਨਰ ਸੀ ਉਹਨਾਂ ਨੇ ਇੰਟਰਵਿਊ ਵਿੱਚ ਇਹੀ ਗੱਲ ਉਠਾਈ ਸੀ ਕਿ ਅਮੀਰਾਂ ਦੇ ਕੁੱਤੇ ਕਿਤੇ ਵੀ ਲੈਟਰਨ ਕਰ ਦਿੰਦੇ ਆ ਤੇ ਬਾਅਦ ਵਿੱਚ ਉਹੀ ਅਮੀਰ ਲੋਕ ਗੰਦੇ ਰਸਤਿਆਂ ਦੀ ਕੰਪਲੇਂਟ ਕਰਦੇ ਆ ਨੈਕਸਟ ਕੁਐਸਚਨ ਇਜ਼ ਅਕੋਰਡਿੰਗ ਟੂ ਪ੍ਰੈਜ਼ੀਡੈਂਟ ਕਲਾਮ ਵਟ ਡੂ ਵੀ ਡੂ ਆਫਟਰ ਚੂਜ਼ਿੰਗ ਅ ਗਵਰਨਮੈਂਟ ਕਲਾਮ ਜੀ ਦੇ ਅਨਸਾਰ ਸਰਕਾਰ ਚੁਣਨ ਤੋਂ ਬਾਅਦ ਅਸੀਂ ਕੀ ਕਰਦੇ ਹਾਂ অপশনস দেখਦੇ ਆ ਡੂ ਨਾਟ ਕੋਆਪਰੇਟ ਵਿਦ ਦਾ گورਨਮੈਂਟ ਅਸੀਂ گورਨਮੈਂਟ ਦੇ ਨਾਲ ਕੋਆਪਰੇਟ ਨਹੀਂ ਕਰਦੇ ਉਹਨੂੰ ਸਹਿਯੋਗ ਨਹੀਂ ਦਿੰਦੇ ਵੀ ਨੇਵਰ ਪੇ आवर ਟੈਕਸਸ ਅਸੀਂ ਆਪਣੇ ਟੈਕਸ ਨਹੀਂ ਦਿੰਦੇ ਵੀ ਡੂ ਨਾਟ ਓਬੇ ਦਾ ਲਾਜ਼ ਮੇਡ ਬਾਈ ਦਾ گورਨਮੈਂਟ گورਨਮੈਂਟ ਦੇ ਬਣਾਏ ਹੋਏ ਕਾਨੂੰਨ ਅਸੀਂ ਮੰਨਦੇ ਨਹੀਂ ਫਾਲੋ ਨਹੀਂ ਕਰਦੇ ਜਾਂ ਵੀ ਫੋਰਫੀਟ आवर ਰਿਸਪਾਂਸਿਬਿਲਟੀਜ਼ ਐਕਸਪੈਕਟਿੰਗ ਥੈਟ ਦਾ گورਨਮੈਂਟ ਵੁੱਡ ਡੂ ਆਲ ਫਾਰ ਅਸ ਜਾਂ ਅਸੀਂ ਕੀ ਕਰਦੇ ਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਜਾਂਦੇ ਆ ਤੇ ਇਹ ਉਮੀਦ ਕਰਦੇ ਆ ਕਿ ਗਵਰਨਮੈਂਟ ਹੀ ਸਾਡੇ ਲਈ ਸਭ ਕੁਝ ਕਰੂਗੀ ਤਾਂ ਸਾਡੀ ਰਾਈਟ অপਸ਼ਨ ਹੈ ਡੀ ਕਿ ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਆ ਤੇ ਐਕਸਪੈਕਟ ਕਰਦੇ ਆ ਕਿ ਗਵਰਨਮੈਂਟ ਹੀ ਸਾਡੇ ਲਈ ਸਭ ਕੁਝ ਕਰੇ ਕੁਐਸਚਨ ਨੰਬਰ 14 ਅਕੋਰਡਿੰਗ ਟੂ ਪ੍ਰੈਜ਼ੈਂਟ ਕਲਾਮ ਵਾਟਸ ਆਵਰ ਐਟੀਟਿਊਡ ਟੁਵਾਰਡਸ ਬਰਨਿੰਗ ਸੋਸ਼ਲ ਇਸ਼ੂਜ਼ ਕਲਾਮ ਜੀ ਦੇ ਅਨਸਾਰ ਜੋ ਸਾਡੇ ਅਖਦੇ ਸੋਸ਼ਲ ਇਸ਼ੂਜ਼ ਐ ਸਮਾਜਿਕ ਮੁੱਦੇ ਐ ਉਹਨਾਂ ਦੇ ਪ੍ਰਤੀ ਸਾਡਾ ਕੀ ਐਟੀਟਿਊਡ ਹੁੰਦਾ ਹੈ 옵ਸ਼ਨਸ ਦੇਖਦੇ ਆ ਵੀ ਮੇਕ ਪ੍ਰੋਟੈਸਟਸ ਸੁਪਰਫਿਸ਼ੀਅਲੀ ਸੁਪਰਫਿਸ਼ੀਅਲੀ ਹੁੰਦਾ ਵਿਖਾਵੇ ਦੇ ਤੌਰ ਤੇ ਅਸੀਂ ਵਿਖਾਵੇ ਦੇ ਤੌਰ ਤੇ ਉਹਨਾਂ ਦਾ ਪ੍ਰੋਟੈਸਟ ਕਰਦੇ ਆ ਵਿਰੋਧ ਕਰਦੇ ਆ ਬਟ ਵੀ ਡੂ ਦਾ ਰਿਵਰਸ ਐਟ ਹੋਮ ਪਰ ਘਰੇ ਅਸੀਂ ਸਭ ਕੁਝ ਉਸਦੇ ਉਲਟਾ ਕਰਦੇ ਆ ਨੈਕਸਟ ਹੈ ਵੀ ਡੋਂਟ ਪੇ ਐਨੀ ਅਟੈਂਸ਼ਨ ਅਸੀਂ ਕੋਈ ਧਿਆਨ ਨਹੀਂ ਦਿੰਦੇ ਜਾਂ ਵੀ ਆਰ ਵੈਰੀ ਨਾਨ ਸੀਰੀਅਸ ਅਸੀਂ ਬਹੁਤ ਹੀ ਨਾਨ ਸੀਰੀਅਸ ਸੁਣਨੇ ਆ ਜਾਂ ਵੀ ਆਰ ਵੈਰੀ ਵਰੀਡ ਸਾਨੂੰ ਉਸਦੀ ਬਹੁਤ ਚਿੰਤਾ ਹੁੰਦੀ ਹੈ ਪਰ ਸਾਡੀ ਆਪਸ਼ਨ ਹੈ 1 ਏ ਵੀ ਮੇਕ ਪ੍ਰੋਟੈਸਟਸ ਸੁਪਰਫੀਸ਼ੀਅਲੀ ਬਟ ਵੀ ਡੂ ਦਾ ਰਿਵਰਸ ਐਟ ਹੋਮ ਬਾਹਰੋਂ ਅਸੀਂ ਵਿਖਾਵਾ ਕਰਦੇ ਆ ਉਹਦਾ ਵਿਰੋਧ ਕਰਦੇ ਆ ਪਰ ਅੰਦਰੋਂ ਅਸੀਂ ਘਰੇ ਆਪਣੇ ਬਿਲਕੁਲ ਉਲਟਾ ਕਰਦੇ ਆ ਨੈਕਸਟ ਹੈ ਅਕੋਰਡਿੰਗ ਟੂ ਪ੍ਰੈਜ਼ੀਡੈਂਟ ਕਲਾਮ ਵਾਈਲ ਡੂ ਵੀ ਰਨ ਟੂ ਅਮਰੀਕਾ ਕਲਾਮ ਜੀ ਦੇ ਅਨਸਾਰ ਅਸੀਂ ਅਮਰੀਕਾ ਕਿਉਂ ਦੌੜ ਜਾਂਦੇ ਆਪਸ਼ਨਸ ਦੇਖਦੇ ਆ ਟੂ ਇੰਜੋਏ ਦ 스ਨੋ 스노우 ਦਾ ਇੰਜੋਏ ਕਰਨ ਲਈ ਟੂ ਬਾਸ ਕੇਂਦਰ ਗਲਰੀ ਐਂਡ ਪ੍ਰੇਜ਼ देयर ਸਿਸਟਮ ਅਸੀਂ ਉਹਨਾਂ ਦੀ ਮਹਿਮਾ ਦੇ ਗੁਣ ਗਾਣ ਗਾਣ ਲਈ ਜਾਂ ਉਹਨਾਂ ਦੀ ਸਿਸਟਮ ਦੀ ਪ੍ਰੇਜ਼ ਕਰਨ ਦੇ ਲਈ ਉੱਥੇ ਚਲੇ ਜਾਂਦੇ ਆ to live a peaceful life ਉਥੇ ਇੱਕ ਪੀਸਫੁੱਲ ਲਾਈਫ ਜਿਉਣ ਦੇ ਲਈ ਚਲੇ ਜਾਂਦੇ ਆ ਜਾਂ to enjoy modern amenities ਤਾਂ ਸਾਡੀ ਅਮੈਨਿਟੀਆਂ ਹੁੰਦੀਆਂ ਸੁੱਖ ਸਹੂਲਤਾਂ ਅਸੀਂ ਉਥੋਂ ਦੀਆਂ ਮਾਡਰਨ ਸੁੱਖ ਸਹੂਲਤਾਂ ਨੂੰ ਇੰਜੋਏ ਕਰਨ ਦੇ ਲਈ ਚਲੇ ਜਾਂਦੇ ਆ ਪਰ ਸਾਡੀ ਰਾਈਟ ਆਪਸ਼ਨ ਹੈ ਬੀ ਨੈਕਸਟ ਹੈ ਵਾਟਸ ਦਾ ਮੀਨਿੰਗ ਆਫ ਦਾ ਵਰਡ ਪਿਲਫਰ ਪਿਲਫਰ ਦਾ ਕੀ ਮੀਨਿੰਗ ਹੈ ਦਾ ਬਿਲ ਫਰ ਦਾ मीनिंग ਹੁੰਦਾ ਹੈ ਟੂ ਸਟੀਲ ਚੋਰੀ ਕਰਨਾ ਪਰ ਇਹ ਛੋਟੀ ਮੋਟੀ ਚੋਰੀ ਨੂੰ ਕਹਿੰਦੇ ਆ ਨੈਕਸਟ ਹੈ ਵਾਟ ਡਿਡ ਡਾਕਟਰ ਏ ਪੀ ਜੇ ਕਲਾਮ ਆਸਕ द ਗਰਲ ਹੂ ਕੇਮ ਫਾਰ ਹਿਸ ਆਟੋਗ੍ਰਾਫ ਕਲਾਮ ਸਾਹਿਬ ਨੇ ਉਸ ਲੜਕੀ ਨੂੰ ਕੀ ਪੁੱਛਿਆ ਜਿਹੜੀ ਉਹਨਾਂ ਕੋਲ ਆਟੋਗ੍ਰਾਫ ਲੈਣ ਵਾਸਤੇ ਆਈ ਸੀ অপਸ਼ਨਸ ਹੈ ਹੀ ਆਸਕਡ ਹਰ ਅਬਾਊਟ ਹਰ ਗੋਲਡਨ ਲਾਈਫ ਉਹਨਾਂ ਨੇ ਇਹ ਪੁੱਛਿਆ ਕਿ ਉਹਦਾ ਜ਼ਿੰਦਗੀ ਦੇ ਵਿੱਚ ਗੋਲ ਕੀ ਹੈ ਏਮ ਕੀ ਹੈ ਜਾ ਹੀ ਆਸਕਡ ਹਰ ਅਬਾਊਟ ਹਰ ਫੇਵਰਿਟ ਸਬਜੈਕਟ ਜਾਂ ਉਹਨਾਂ ਨੇ ਇਹ ਪੁੱਛਿਆ ਵੀ ਤੇਰਾ ਫੇਵਰਿਟ ਸਬਜੈਕਟ ਕੀ ਹੈ ਜਾਂ ਉਹਨਾਂ ਨੇ ਇਹ ਪੁੱਛਿਆ ਹੀ ਆਸਕਡ ਹਰ ਅਬਾਊਟ ਹਰ ਸਿਬਲਿੰਗਸ ਉਹ ਕਿੰਨੇ ਭੈਣ ਭਰਾ ਜਾਂ ਹੀ ਆਸਕਡ ਹਰ ਅਬਾਊਟ ਹਰ ਹਬੀਜ਼ ਉਹਨਾਂ ਨੇ ਪੁੱਛਿਆ ਕਿ ਉਸ ਦੀਆਂ ਹਬੀਜ਼ ਕੀ ਹੈ ਤੇ ਸਾਡੀ ਆਪਸ਼ਨ ਹੈ ਏ ਉਹਨਾਂ ਨੇ ਉਸ ਲੜਕੀ ਨੂੰ ਪੁੱਛਿਆ ਸੀ ਵੀ ਤੇਰਾ ਏਮ ਕੀ ਹੈ ਤਾਂ ਉਸ ਲੜਕੀ ਨੇ ਕਿਹਾ ਸੀ ਕਿ ਸ਼ੀ ਵਾਂਟਸ ਟੂ ਲਿਵ ਇਨ ਡਿਵੈਲਪਡ ਇੰਡੀਆ ਉન્નਤ ਭਾਰਤ ਦੇ ਵਿੱਚ ਉਹ ਰਹਿਣਾ ਚਾਹੁੰਦੀ ਹੈ ਕਵੈਸਚਨ ਨੰਬਰ 18 ਹਾਊ ਮਾਚ డు ਯੂ ਪੇ ਟੂ ਡਰਾਈਵ ਥਰੂ ਆਰ ਚਾਰਜਡ ਰੋਡ ਬੀਟਵੀਨ 5 ਪੀਐਮ ਐਂਡ 8 ਪੀਐਮ ਜੇਕਰ ਤੁਸੀਂ ਚਾਰਜਡ ਰੋਡ ਤੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਜਾਣੇ ਹੋ ਤਾਂ ਤੁਹਾਨੂੰ ਕੀ ਪੇ ਕਰਨਾ ਪੈਂਦਾ ਹੈ ਆਨਸਰ ਹੈ 5 ਡਾਲਰਸ ਨੈਕਸਟ ਹੈ ਡੈਸ਼ ਪੀਪਲਜ਼ ਡੌਗਸ ਆਰ ਵਾਕਡ ਔਨ ਦ ਸਟ੍ਰੀਟਸ ਟੂ ਲੀਵ their ਡੈਸ਼ ਡਰਾਪਿੰਗਸ ਤ ਆਪਣਾ ਆਨਸਰ ਹੈ ਰਿਚ ਪੀਪਲਜ਼ ਡੌਗਸ ਆਰ ਵਾਕਡ ਔਨ ਦ ਸਟ੍ਰੀਟਸ ਟੂ ਲੀਵ their ਐਫਲੂਐਂਟ ਡਰਾਪਿੰਗਸ ਅਮੀਰਾਂ ਦੇ ਕੁੱਤੇ ਸੜਕਾਂ ਤੇ ਜਾਂਦੇ ਆ ਤੇ ਉੱਥੇ ਗੰਦ ਪਾਉਂਦੇ ਆ ਨੈਕਸਟ ਹੈ ਵੀ ਮਸਟ ਬੀ ਸਟਰੋਂਗ ਨਾਟ ਓਨਲੀ ਐਸ ਅ ਮਿਲਟਰੀ ਪਾਵਰ ਬਟ ਆਲਸੋ ਐਸ ਐਨ ਇਕਨੋਮਿਕ ਪਾਵਰ ਅਸੀਂ ਸਿਰਫ ਮਿਲਟਰੀ ਪਾਵਰ ਹੀ ਨਹੀਂ ਸਾਡੇ ਕੋਲੇ ਹੋਣੀ ਚਾਹੀਦੀ ਸਗੋਂ ਇਕਨੋਮਿਕ ਪਾਵਰ ਵੀ ਹੋਣੀ ਚਾਹੀਦੀ ਹੈ ਸੋ ਸਾਡੀ ਰਾਈਟ ਆਪਸ਼ਨ ਹੈ ਸੀ ਹਾਂਜੀ ਪਿਆਰੇ ਵਿਦਿਆਰਥੀਓ ਐਗਜ਼ਾਮ ਦੀ ਤਿਆਰੀ ਦੇ ਲਈ ਇਹ ਸ਼ੀਟਸ ਤੁਸੀਂ 2-3 ਵਾਰ ਰਿਵਾਈਜ਼ ਕਰੋ Thank you. Have a nice